ਮੇਰਾ ਸਾਹਿਬ, ਜਿਸ ਵਕਤ ਕਿਸੇ ਬੰਦੇ ਨੂੰ ਕਿਹਾ ਜਾਂਦਾ ਹੋਵੇ ਨਾ ਕਿ ਤੂੰ ਜਾਂ ਤੇਰਾ ਕੰਮ ਕਰਨ ਦਾ ਤਰੀਕਾ ਘਰ ਗਲਤ ਹੈ, ਤੇ ਉਹਦੇ ਤੇ ਲਾਗੂ ਹੋ ਜਾਂਦਾ ਸਾਬਤ ਕਰਨਾ ਕਿ ਮੈਂ ਠੀਕ ਹਾਂ ਜਾਂ ਮੇਰਾ ਕੰਮ ਠੀਕ ਹੈ। ਅੰਜਮਨ ਤਾਜਰਾਨ, ਮਰਕਜ਼ੀ ਅੰਜਮਨ ਤਾਜਰਾਨ 'ਤੇ ਇੱਕ ਦੱਬਾ ਲੱਗਿਆ ਹੈ, ਉਹਨਾਂ ਨੂੰ ਕਾਫੀ ਅਰਸੇ ਪਹਿਲੇ ਧੋ ਦੇਣਾ ਚਾਹੀਦਾ ਆ। ਠੀਕ ਹੈ ਯਾਰ, ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਤੁਸੀਂ ਹਰ ਰੋਜ਼ ਕੁਝ ਇੱਥੇ ਬੈਠੇ ਥੜੇ 'ਤੇ, ਕੁਝ ਅਖਬਾਰ 'ਤੇ ਬੈਠੇ ਆ, ਕੁਝ ਪੁਰਾਣੀ ਜਗ੍ਹਾ 'ਤੇ ਬੈਠੇ ਆ, ਜੀ ਘਰ ਇੱਕੋ ਕਮਰੇ 'ਚ ਬਹਿ ਕੇ ਫੈਸਲੇ ਕਰਦੇ ਨੇ, ਚਾਰ ਬੰਦੇ ਦੀ ਤਨਜ਼ੀਮ ਹੈ ਜਿਨ੍ਹਾਂ ਨੇ ਜ਼ਿਆਦਾਤਰੀ ਕਾਇਮ ਕੀਤੀ, ਇਹਨਾਂ ਨੂੰ 2 ਸਾਲ ਪਹਿਲੇ ਛੱਡ ਦੇਣੀ ਚਾਹੀਦੀ ਹੈ। ਅੱਛਾ, ਇਹਨਾਂ ਨੂੰ ਕਹਿਣਾ ਚਾਹੀਦਾ ਆ ਜਾਓ ਮੈਦਾਨ ਵਿੱਚ। ਠੀਕ ਹੈ ਜੀ, ਅਸਲਾਮ ਵਾਲੇਕਮ ਜੀ, ਕੀ ਹਾਲ ਹੈ ਤੁਹਾਡਾ ਸਭ ਦਾ? ਮੇਰੇ ਨਾਲ ਇਸ ਵਕਤ ਭਾਈ ਅਮਜਦ ਜਹਾਂਗੀਰ ਮੌਜੂਦ ਨੇ, ਹਾਜੀ ਅਮਜਦ ਜਹਾਂਗੀਰ, ਹਾਜੀ ਬਰਫੀ ਵਾਲੇ ਦੇ ਨਾਂ ਤੋਂ, ਇੱਕ ਛੋਟੇ ਜਿਹੇ ਮਹੱਲੇ ਤੋਂ, ਛੋਟੀ ਜਿਹੀ ਗਲੀ ਤੋਂ, ਅਤੇ ਬਾਜ਼ਾਰ ਦੀ ਸਤ੍ਹਾ 'ਤੇ ਇਹਨਾਂ ਨੇ ਆਪਣਾ ਦੁਕਾਨ ਕਾਰੋਬਾਰ ਲੈ ਕੇ ਆਉਂਦਾ। ਇਹਦੇ ਵਿੱਚ ਇਹਨਾਂ ਨੂੰ ਜ਼ਾਹਿਰ ਮੁਸ਼ਕਲਾਂ ਵੀ ਆਈਆਂ ਹੋਣ ਦੀਆਂ, ਅਤੇ ਇਸ ਤਰ੍ਹਾਂ ਮੁਸ਼ਕਲਾਂ ਦਾ ਜਾਂ ਜਨਰਲ ਜਿਹੜੀਆਂ ਮੁਸ਼ਕਲਾਂ ਇੱਕ ਦੁਕਾਨਦਾਰ ਨੂੰ ਆਉਂਦੀਆਂ ਨੇ, ਸ਼ਾਇਦ ਇਹ ਇਹਨਾਂ ਨੂੰ ਅਤੇ ਜਿਹੜੀਆਂ ਇਹ ਬਾਰੀਕੀਆਂ ਸਮਝਦੇ ਨੇ ਹੋਰ ਕੋਈ ਬੰਦਾ ਨਾ ਸਮਝਦਾ ਹੋਵੇ ਦਾ ਪੁੱਛਣਾ ਹੋਈ ਸਾਹਿਬ ਮੈਂ, ਕਿ ਇਹ ਜਿਹੜੀਆਂ ਬਾਰੀਕੀਆਂ ਨੇ ਜਾਂ ਜਿਹੜੀਆਂ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਦੁਕਾਨ ਦੀ ਸਤ੍ਹਾ 'ਤੇ, ਅਤੇ ਇੱਕ ਜਿਹੜੀਆਂ ਨੇ ਕਾਰੋਬਾਰ ਦੇ ਜਿਹੜੇ ਮਾਮਲਾਤ ਇੰਤਜ਼ਾਮੀਆਂ ਨਾਲ ਬਣਦੇ ਨੇ ਜਾਂ ਕੋਈ ਹੋਰ, ਕਿਤਨੀਆਂ ਕੁ ਤੁਹਾਨੂੰ ਮੁਸ਼ਕਲਾਂ ਆਈਆਂ ਨੇ ਹੁਣ ਤੱਕ, ਜਾਂ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਫੇਸ ਕੀਤਾ? ਬੇਸਿਕਲੀ ਵੀਰੇ ਸਾਹਿਬ, ਇਹ ਤਾਂ ਪਹਿਲੇ ਨੰਬਰ 'ਤੇ ਕਿਹੜਾ ਥੱਲੜੇ ਗਰੁੱਪਿੰਗ ਲੈਵਲ ਦੇ ਬੰਦੇ ਨਾਲ ਪਾਕਿਸਤਾਨ ਦੇ ਅੰਦਰ ਉਹਨੂੰ ਉੱਤੇ ਆਉਣ ਵਾਸਤੇ ਬੜੀ ਮੁਸ਼ਕਲਾਂ ਦਾ ਸ਼ਿਕਾਰ ਹੋਣਾ ਪੈਂਦਾ ਵੀ, ਸਪੋਰਟ ਨਹੀਂ ਮਿਲਦੀ, ਇੰਤਜ਼ਾਮੀ ਤਰਫੋਂ ਕਾਫੀ ਪ੍ਰੋਬਲਮਸ ਨੇ, ਛੋਟੇ ਤਾਜਰ ਵਾਸਤੇ ਤਾਂ ਖਸੂਸਣ ਬਹੁਤ ਜ਼ਿਆਦਾ ਨੇ, ਕਿਉਂਕਿ ਅਵੇਅਰਨੈਸ ਇੰਨੀ ਜ਼ਿਆਦਾ ਨਹੀਂ ਹੈ, ਨਾ ਹੀ ਕੋਈ ਉਹਦੇ ਉੱਤੇ ਕੋਈ ਐਸਾ ਲੀਡਰ ਖੜਾ ਹੋਵੇ ਜਿਹੜਾ ਕਿ ਉਹਨੂੰ ਬਚਾਏ, ਕਿ ਕਦੇ ਕੰਡਿਆਂ ਲਿਆ ਗਏ ਨੇ, ਕਦੇ ਵੱਟਿਆਂ ਲਿਆ ਗਏ ਨੇ, ਕਦੇ ਮਹੱਲੇ 'ਚ ਵੋਟਾਂ ਲਿਆ ਬੜੇ ਨੇ ਪੈਸੇ ਲੈਣ ਵਾਸਤੇ। ਟੇਲਰ ਐਸੋਸੀਏਸ਼ਨ ਦਾ ਮੈਂ ਸਦਰ ਰਿਹਾ ਵਾਂ, 150-200 ਦੁਕਾਨਦਾਰ ਮੇਰੀ ਲੀਡਰਸ਼ਿਪ 'ਤੇ ਚੱਲਿਆ, ਅਲਹਮਦੁਲਿਲਾ ਅਸੀਂ ਆਪਣੀ ਵਰਤ ਬਣਾਈ ਹੈ। ਗੱਲ ਇਹ ਵੇ ਕਿ ਇੱਕ ਤੁਹਾਡੇ ਨਾਲ ਜ਼ਾਤੀ ਸਤ੍ਹਾ 'ਤੇ ਵੀ ਮਾਮਲਾ ਬਣਿਆ ਸੀ ਡਿੰਗੇ ਸ਼ਹਿਰ ਵਿੱਚ, ਉਹ ਬੜਾ ਹਾਈਲਾਈਟ ਵੀ ਹੋਇਆ, ਬਲਦੀਆ ਉਹ ਜ਼ਿਕਰ, ਉਹਦੇ ਵਿੱਚ ਤੁਹਾਡੀ ਜਿਹੜੀ ਤਨਜ਼ੀਮ ਹੈ ਸਵੀਟਸ ਦੀ ਜਾਂ ਬੇਕਰਸ ਦੀ, ਉਹ ਜਾਂ ਅੰਜਮਨ ਤਾਜਰਾਨ ਜਿਹੜੀ ਉਸ ਵਕਤ ਸੀ ਜਾਂ ਹੋਰ ਵੀ ਕੋਈ ਤਰ੍ਹਾਂ, ਉਹਨਾਂ ਕਿਸ ਤਰ੍ਹਾਂ ਤੁਹਾਡੇ ਨਾਲ ਚੱਲੇ, ਕੀ ਰੋਲ ਉਹਨਾਂ ਨੇ ਪਲੇ ਕੀਤਾ? ਵੀਰੇ ਸਾਹਿਬ, ਸਾਡੀ ਪਹਿਲੇ ਨੰਬਰ 'ਤੇ ਕਿਹੜੇ ਸਵੀਟ ਬੇਕਰਸ ਦੁੱਧ ਵਾਲੇ, ਨਾ ਇਹਨਾਂ ਦੀ ਤਨਜ਼ੀਮ ਹੈ, ਤਨਜ਼ੀਮ ਕੋਈ ਨਹੀਂ ਤੁਹਾਡੀ ਡਿੰਗੇ ਵਿੱਚ ਸਵੀਟਸ ਬੇਕਰਸ ਦੀ, ਕੋਈ ਤਨਜ਼ੀਮ? ਕੋਈ ਤਨਜ਼ੀਮ ਨਹੀਂ ਹੈ ਸਾਡੀ, ਇਹ ਆਨ ਦੀ ਰਿਕਾਰਡ ਗੱਲ ਕਰ ਰਹੇ ਤੁਸੀਂ। ਮੈਨੂੰ ਨਾ ਪਤਾ ਵੀ ਇਹ ਕੋਈ ਗੱਲ ਹੈ। ਕਿਤਨੀਆਂ ਕੁ ਦੁਕਾਨਾਂ ਹੋਣੀਆਂ ਡਿੰਗੇ 'ਚ? ਮਿਨੀਮਮ 40। ਇਤਨਾ ਵੱਡੇ ਲੈਵਲ ਤੇ ਕੋਈ ਦੋਸਤ ਸਾਡੇ ਕੰਮ ਪੇ ਕਰਦੇ ਨੇ, ਫਿਰ ਵੀ ਤਨਜ਼ੀਮ ਕੋਈ ਨਹੀਂ? ਅੱਛਾ ਚਲੋ, ਉਹ ਗਲਤ ਗਈ। ਅਗਲੀ ਗੱਲ, ਫਿਰ ਤੁਹਾਡਾ ਮਾਮਲਾ ਕਿਸ ਤਰ੍ਹਾਂ ਫਿਰ ਹੱਲ ਹੋਇਆ? ਹੱਲ ਹੋਇਆ ਰਾਈਟ ਤੇ, ਜਿਸ ਟਾਈਮ ਬੰਦਾ ਰਾਈਟ ਤੇ ਹੋਵੇ ਨਾ ਤੇ ਮਾਮਲਾ ਹੱਲ ਹੁੰਦਾ। ਬਾਕੀ ਉਸ ਵਕਤ ਜਿਸ ਵਕਤ ਮੇਰਾ ਮਸਲਾ ਬਣਿਆ ਹੋਇਆ ਨਾ, ਤੇ ਉਸ ਵਕਤ ਮੈਂ ਇਫਰਾਦੀ ਤੌਰ ਤੇ ਇਕੱਲਾ ਹੀ ਟੁਰਿਆ ਆਇਆ। ਅੱਛਾ ਜੀ। ਲੇਕਿਨ ਜਿਸ ਵਕਤ ਤੁਸੀਂ ਆਖਦੇ ਹੋਵੋ ਤੇ ਰਸਤੇ ਆਪਣੇ ਆਪ ਖੁੱਲਦੇ ਜਾਂਦੇ ਨੇ, ਉਸ ਵਕਤ ਫਿਰ ਮੇਰੇ ਨਾਲ ਅੰਜਮਨ ਤਾਜਰਾਨ ਦੇ ਵਿੱਚ ਬਾਜੀ ਨਵਾਜ਼ ਸਾਹਿਬ ਮੇਰੇ ਨਾਲ ਖਲੋਤੇ, ਅੱਜ ਸਲੀਮ ਟੈਂਟ ਵਾਲੇ ਅੱਛਾ ਜੀ ਉਹ ਵੀ ਮੇਰੇ ਨਾਲ ਖਲੋਤੇ, ਆਪਣੇ ਸਮਾਨ ਡਾਰ ਸਾਹਿਬ ਕੱਪੜੇ ਵਾਲੇ ਠੀਕ ਹੈ ਜੀ, ਇਹ ਵੀ ਮੇਰੇ ਨਾਲ ਖਲੋਤੇ। ਅਗਰ ਮਾਇੰਡ ਨਾ ਕਰਿਓ, ਅੰਜਮਨ ਤਾਜਰਾਨ ਦੇ ਪਲੇਟਫਾਰਮ 'ਤੇ ਮਾਮਲਾ ਖਤਮ ਨਹੀਂ ਹੋਇਆ। ਅੱਛਾ, ਤੁਹਾਨੂੰ ਪਤਾ ਹੋਵੇਗਾ ਕੁਝ ਦਿਨ ਪਹਿਲਾਂ ਰਿਆਜ਼ ਭੱਟ ਸਾਹਿਬ ਜਿਹੜੇ ਸਦਰ ਸੀ, ਉਹਨਾਂ ਨੇ ਆਪਣੀ ਜਿਹੜੀ ਕਾਬੀਨਾ ਸੀ ਅੰਜਮਨ ਸੀ ਉਹ ਖਤਮ ਕਰ ਦਿੱਤੀ, ਤਹਿਲੀਲ ਕਰ ਦਿੱਤੀ। ਠੀਕ ਹੈ, ਉਸ ਤੋਂ ਬਾਅਦ ਇੱਕ ਤਰੀਕਾਕਾਰ ਉਹ ਸੀ ਸਦਰ ਔਰ ਅੰਜਮਨ ਤਾਜਰਾਂ ਦੇ ਬਣੇ ਸੀ। ਇੱਕ ਅੱਜ ਸਲੀਮ ਸਾਹਿਬ ਕੋਸ਼ਿਸ਼ ਕਰ ਰਹੇ ਨੇ ਕਿ ਡਿੰਗੇ 'ਚ 1 ਸ਼ਟਰ 1 ਵੋਟ ਦੇ ਤਹਿਤ ਸਾਰੇ ਬਾਜ਼ਾਰ ਕੋਲ ਇੱਕ ਬੰਦਾ ਵੋਟ ਲੈ ਕੇ ਆਵੇ ਅਤੇ ਉਹ ਸਦਰ ਬਣੇ। ਕੀ ਤਰੀਕਾਕਾਰ ਬਿਹਤਰ ਹੋਵੇ ਤਾਂ ਤੁਸੀਂ ਕੀ ਬਿਹਤਰ ਸਮਝਦੇ ਹੋ ਆਪਣੇ ਉਸ ਜ਼ਾਤੀ ਜਿਹੜਾ ਤੁਹਾਡੇ ਨਾਲ ਮਾਮਲਾ ਬਣਿਆ ਸੀ ਉਹਦੇ ਐਕਸਪੀਰੀਅੰਸ ਤੋਂ, ਅਤੇ ਜਾਂ ਵੈਸੇ ਜਨਰਲੀ ਬਾਜ਼ਾਰ ਵਿੱਚ ਕਿਸ ਤਰ੍ਹਾਂ ਹੋਣਾ ਚਾਹੀਦਾ? ਮੇਰੇ ਸਾਹਿਬ, ਕ੍ਰੈਡੀਬਿਲਟੀ ਲੈਵਲ 'ਤੇ ਅਗਰ ਚੈੱਕ ਕਰੀਏ ਨਾ,
ਕਿ ਹੋਇਆ ਵੇ ਕਿ ਕਿਹਾ ਜਾਂਦਾ ਵੇ ਕਿ ਅੰਜਮਨ ਤਾਜਰਾਨ ਡਿੰਗਾ ਜਿਹੜੀ ਹਾਜੀ ਨਵਾਜ਼ ਸਾਹਿਬ ਦੀ ਹੈ ਉਹਦੇ ਬਾਰੇ ਇੱਕ ਰਾਏ ਕਾਇਮ ਹੈ ਕਿ ਇਹ ਬਸ ਬੰਦ ਕਮਰੇ 'ਚ ਬਣੀ ਹੈ, ਉੱਥੇ ਹੀ ਫੈਸਲੇ ਹੁੰਦੇ ਨੇ, ਚੰਦ ਬੰਦੇ ਕਰਦੇ ਨੇ, ਇੱਕ ਕਨਸੈਪਟ ਦੇ ਰਿਹਾ ਮੈਂ, ਆਈ ਰੀਅਲੀ ਰਿਕਾਰਡ ਦੈਮ। ਤੁਸੀਂ ਤਾਂ ਕਹਿ ਰਹੇ ਹੋ ਕਿ ਉਹਨਾਂ ਨੇ ਬੜਾ ਰੋਲ ਪਲੇ ਕੀਤਾ ਸੀ ਅੱਛਾ ਜੀ ਨਵਾਜ਼ ਸਾਹਿਬ। ਵੇਖੋ ਇੰਡੀਵਿਜੂਅਲੀ, ਅੱਛਾ ਅੰਜਮਨ ਤਾਜਰਾਨ ਦੇ ਪਲੇਟਫਾਰਮ ਤੇ ਮੈਨੂੰ ਕੋਈ ਫਾਇਦਾ ਨਹੀਂ ਹੋਇਆ। ਮੈਂ ਆਖਿਆ ਆ ਕਿ ਮੇਰੇ ਇਹ ਮੌਕਫ ਨੇ ਤੇ ਮੈਂ ਵੋਟ ਜੋ ਵੀ ਚੱਲਾਂ ਧਰਨਾ ਦੇਣ ਕੱਲਾ, ਤੇ ਮੇਰੇ ਨਾਲ ਇੱਕੋ ਬੰਦੇ ਨੇ ਆਖਿਆ ਖਲਵਾਂਗਾ ਤੇ ਉਹ ਆਇਆ ਉਸਮਾਨ, ਠੀਕ, ਉਹਨੇ ਆਖਿਆ ਕਿ ਮੈਂ ਖਲਵਾਂਗਾ ਉਸਮਾਨ ਡਾਰ। ਵੇਖੋ ਮੈਂ ਮਤਲਬ ਕੋਈ ਪਿਛਲੀਆਂ ਗੱਲਾਂ ਨੂੰ ਅੱਗੇ ਲੈ ਕੇ ਨਹੀਂ ਆਉਣਾ, ਲੇਕਿਨ ਮੈਂ ਇਹ ਕਹਾਂਗਾ ਕਿ ਮੇਰੇ ਬੰਦੇ ਤਮਾਮ ਮੋਸਨ ਨੇ ਜਿਹੜੇ ਉਸ ਵਕਤ ਮੁਸ਼ਕਲ ਟਾਈਮ ਵਿੱਚ ਮੇਰੇ ਨਾਲ ਚੱਲੇ ਜਾਂ ਖਲੋਤੇ, ਐਟ ਦੀ ਐਂਡ ਰਿਜ਼ਲਟ ਜੋ ਵੀ ਨਿਕਲਿਆ ਆ, ਲੇਕਿਨ ਅਜੀ ਨਵਾਜ਼ ਸਾਹਿਬ, ਅਜੀ ਸਲੀਮ ਸਾਹਿਬ ਦਾ ਮੈਂ ਫਿਰ ਵੀ ਹੁਣ ਸ਼ੁਕਰੀਆ ਅਦਾ ਕਰਨਾ ਕਿ ਮੇਰੇ ਨਾਲ ਖੜੇ ਹੋਏ ਆ। ਹਾਲਾਂਕਿ ਤੌਰ 'ਤੇ ਇਹਨਾਂ ਨੇ ਅੱਛਾ ਕੀਤਾ ਵੇ ਅੰਜਮਨ ਤਾਜਰਾਨ ਨੇ ਕਿ ਆਪਣੀ ਜਿਹੜੀ ਇਹ ਪੈਨਲ ਹੈ ਜਾਂ ਆਪਣੀ ਜਿਹੜੀ ਤਾਜਰਾਨ ਦੀ ਤਨਜ਼ੀਮ ਨੂੰ ਤਹਿਲੀਲ ਕਰ ਦਿੱਤੀ, ਇਹ ਬੜਾ ਦਲੇਰਾਨਾ ਫੈਸਲਾ ਵੇ ਕਿ ਇਹਨੂੰ ਤਹਿਲੀਲ ਕਰਕੇ, ਠੀਕ ਹੈ ਓਪਨ ਮੈਦਾਨ ਹੈ, ਚਲੋ ਠੀਕ ਹੈ, ਜਿਸ ਤਰ੍ਹਾਂ ਤੁਸੀਂ ਕਹਿੰਦੇ ਉਸ ਤਰ੍ਹਾਂ ਖੇਡਣੇ ਆ, ਠੀਕ। ਹਰ ਇੱਕ ਬੰਦੇ ਦੇ ਰਾਏ ਦੇ ਮੁਤਾਬਿਕ ਵੋਟ ਲੈਣਾ, ਉਹਦੇ ਮੁਤਾਬਿਕ ਇਲੈਕਟ ਹੋਣਾ ਤਕਰੀਬਨ ਹਰ ਪਾਸੇ ਇੰਝ ਹੀ ਹੁੰਦਾ ਵੇ, ਅਤੇ ਵਨ ਸ਼ਟਰ ਵਨ ਵੋਟ ਦੀ ਕੰਪੇਨ 'ਤੇ ਮੈਂ ਸਟਰੋਂਗ ਕੈਂਡੀਡੇਟ ਰਿਹਾ ਵਾਂ, ਹਿੱਸਾ ਰਿਹਾ ਵਾਂ, ਉਹਦੇ ਮੈਂ ਮਤਲਬ ਸਪੀਚਾਂ ਵੀ ਕੀਤੀਆਂ ਨੇ, ਉਹਦੇ ਆਖਰੀ 'ਚ ਵੀ ਰਿਹਾ ਵਾਂ, ਬੇਸਿਕਲੀ ਕਿ ਤੁਸੀਂ ਛੱਡ ਦਿੱਤਾ ਸੀ ਉਹਨਾਂ ਨੂੰ, ਬੇਸਿਕਲੀ ਮਕਸਦ ਸਿਰਫ ਕਿਸੇ ਇੱਕ ਪਾਰਟੀ ਜਾਂ ਧੜੇ ਦਾ ਸਾਥ ਦੇਣਾ ਨਹੀਂ, ਮਕਸਦ ਇੱਕ ਨਜ਼ਰੀਏ ਦਾ ਸਾਥ ਦੇਣਾ। ਇਹ ਤਰੀਕਾ ਠੀਕ ਆਇਆ ਕਿਉਂਕਿ ਅਸੀਂ ਤਰੀਕੇ ਨਾਲ ਖਲੋਤੇ ਹੈ, ਅਸੀਂ ਕਿਸੇ ਬੰਦੇ ਨਾਲ ਨਹੀਂ ਖਲੋਤੇ, ਨਾ ਅਸੀਂ ਹੁਣ ਖਲੋਤੇ ਹਾਂ। ਅੱਛਾ ਜੀ, ਇਹ ਤਰੀਕਾ ਠੀਕ ਹੈ ਕਿ ਜਿਹੜਾ ਬੰਦਾ ਵੋਟ ਲੈ ਕੇ ਅੱਗੇ ਆਵੇਗਾ ਉਹ ਰਿਸਪੈਕਟੇਬਲ, ਠੀਕ ਹੈ, ਅਥਾਰਟੀ ਵੀ ਉਹਦੀ ਹੈ, ਕ੍ਰੈਡੀਬਿਲਟੀ ਵੀ ਉਹਦੀ ਹੈ, ਉਹਨਾਂ ਵੀ ਇੰਝ ਚਾਹੀਦਾ। ਇਹ ਵੀ ਗੱਲ ਠੀਕ ਹੈ ਕਿ ਜਿਸ ਬੰਦੇ ਵੀ ਆਵਾਜ਼ ਚੁੱਕੀ ਹੈ, ਉਹਨਾਂ ਚਾਹੇ ਮੈਂ ਆਇਆ ਚਾਹੇ ਤੀਸਰਾ ਬੰਦਾ ਆਇਆ, ਕਿ ਵੋਟ ਦੇ ਜ਼ਰੀਏ ਬੰਦਾ ਅੱਗੇ ਆਵੇ, ਚਾਹੇ ਉਹ ਹੀ ਬੰਦੇ ਅੱਗੇ ਆਵਣ, ਠੀਕ, ਉਹ ਬੰਦੇ ਅੱਗੇ ਆਵਣ ਤਾਂ ਜ਼ਿਆਦਾ ਅੱਛੀ ਬਾਤ ਹੈ, ਉਹਦੀ ਵਜ੍ਹਾ ਆਵੇ ਕਿ ਜ਼ਿਆਦਾ ਤਜਰਬਾਕਾਰ, ਲੇਕਿਨ ਵੋਟ ਲੈ ਕੇ ਅੱਗੇ ਆਵਣ, ਠੀਕ ਹੋ ਗਿਆ। ਜਾ ਅਗਰ ਕੋਈ ਹੋਰ ਬੰਦਾ ਆਉਂਦਾ, ਮੈਂ ਆਉਣਾ, ਤੁਸੀਂ ਆਉਂਦੇ ਹੋ, ਅਜੀ ਸਲੀਮ ਸਾਹਿਬ ਆਉਂਦੇ ਨੇ, ਜਿਹੜਾ ਬੰਦਾ ਕ੍ਰੈਡੀ ਵਾਲੇ ਉਹ ਬਿਲਕੁਲ ਸਾਹਮਣੇ ਆ ਗਿਆ, ਮਜ਼ਾ ਹੀ ਤਾਂ ਹੀ ਖੇਡਣ ਦਾ, ਫਿਰ ਸਦਰ ਕਹਿੰਦਾ ਮਜ਼ਾ ਆਉਂਦਾ ਕਿ ਮੈਂ ਸਦਰ ਆ, ਫਿਰ ਜਨਰਲ ਸੈਕਟਰੀ ਕਹਿੰਦਾ ਮਜ਼ਾ ਆਉਂਦਾ ਕਿ ਮੈਂ ਜਨਰਲ ਸੈਕਟਰੀ ਹਾਂ, ਠੀਕ ਹੋ, ਅਤੇ ਫਿਰ ਮੈਂ ਉਮੀਦ ਕਰਨਾ ਵਾਂ ਕਿ ਜਿਹੜੀ ਉਹ ਨਵੀਂ ਤਨਜ਼ੀਮ ਬਣੇਗੀ ਉਹ ਛੋਟੇ ਤਾਜਰਾਨ ਨੂੰ ਜਾਂ ਤਾਜਰਾਨ ਨੂੰ ਤਹਫਜ਼ ਦੇਵੇਗੀ, ਜਿਹੜਾ ਕਿ ਮੈਨੂੰ ਅੱਜ ਤੱਕ ਡਿੰਗੇ 'ਚ ਨਜ਼ਰ ਨਹੀਂ ਆਇਆ। ਰੋਡ 2-4 ਸਾਲ ਸਾਡੇ ਵਾਲਾ ਜਿਹੜਾ ਵੀ ਟੁੱਟਿਆ ਫੁੱਟਿਆ ਰਿਹਾ, ਟੋਏ ਬਣੇ ਰਹੇ ਨੇ, ਅੰਜਮਨ ਦੇ ਕਿਸੇ ਬੰਦੇ ਆਵਾਜ਼ ਨਹੀਂ ਚਾਹੀ ਕਿ ਸਾਡਾ ਤਾਜਰ ਬਰਬਾਦ ਹੁੰਦਾ ਗਿਆ, ਕਿ ਇਸ ਰੋਡ ਦੇ ਬੰਦੇ ਤਾਜਰ ਨਹੀਂ ਆਉਣਗੇ। ਕੱਲ੍ਹ ਨੂੰ ਅਗਰ ਕਿਸੇ ਅੰਜਮਨ ਦੇ ਬੰਦੇ ਨੇ ਆ ਕੇ ਵੋਟ ਮੰਗਣਾ ਹੈ, ਇਸ ਰੋਡ ਕੋਲ ਵੋਟ ਨਹੀਂ ਲੈਣਾ, ਇੱਥੇ ਦੁਕਾਨਦਾਰ ਨਹੀਂ ਬੈਠੇ ਦੋਵਾਂ ਪਾਸੇ, ਠੀਕ ਹੋ, 4 ਸਾਲ ਅਸੀਂ ਰੁਲੇ ਹਾਂ। ਐਨੀਵੇ, ਕੰਮ ਲੰਮਾ ਹੋ ਗਿਆ, ਖੁਸ਼ੀ ਹੋਈ, ਅਸਲ 'ਚ ਕੰਮ ਲੰਬਾ ਤਾਂ ਹੋਇਆ ਮੀਰਾ ਸਾਹਿਬ ਕਿ ਤੁਸੀਂ ਮੇਰੇ ਕੋਲ ਬੈਠੇ। ਨਹੀਂ ਨਹੀਂ ਨਹੀਂ, ਤੁਹਾਡੀ ਮੁਹੱਬਤ ਹੈ, ਮੈਂ ਇਸ ਇਨ ਦੀ ਐਂਡ ਫਿਰ ਇੱਕ ਵਾਰੀ ਕਿ ਤੁਸੀਂ ਇਹਦਾ ਮਤਲਬ ਇਹ ਵਨ ਸ਼ਟਰ ਵਨ ਵੋਟ ਦੇ ਆਉਂਦੇ ਹੋ। ਵਨ ਸ਼ਟਰ ਵਨ ਵੋਟ ਇਹ ਸਾਡਾ, ਉਹ 2 ਸਾਲ ਪਹਿਲੇ ਮੈਂ ਇਸ ਕੰਪੇਨ ਦਾ ਹਿੱਸਾ ਰਿਹਾ ਵਾਂ, ਮੈਂ ਕੋਰ ਕਮੇਟੀ ਦਾ ਮੈਂਬਰ ਰਿਹਾ ਵਾਂ, ਅਤੇ ਕਿਉਂਕਿ ਮੈਂ ਡੀਪਲੀ ਇਹ ਸਾਰੇ ਮਾਮਲਾਤ ਨੂੰ ਸਮਝਣਾ ਵਾਂ। ਲੇਕਿਨ ਗੱਲ ਹੋਈ ਹੈ, ਵਨ ਸ਼ਟਰ ਵਨ ਵੋਟ ਦੇ ਜ਼ਰੀਏ ਇਲੈਕਸ਼ਨ ਹੋਵੇ, ਜਿੱਤੇ ਜਿਹੜਾ ਮਰਜ਼ੀ, ਠੀਕ ਹੋ ਗਿਆ। ਤੁਹਾਡੇ ਟਾਈਮ, ਤੁਹਾਡੀ ਰਾਏ ਦਾ ਬਹੁਤ ਸ਼ੁਕਰੀਆ। ਤੁਹਾਡੇ ਆਮ ਦਾ ਬਹੁਤ ਸ਼ੁਕਰੀਆ।